ਬਿਹਾਰ ਦੇ ਵਿੱਚ ਸ਼ਰਾਬਬੰਦੀ ਹੋਣ ਦੇ ਨਾਲ ਹੀ ਪੰਜਾਬ ਦੇ ਵਿੱਚ ਵੀ ਸ਼ਰਾਬਬੰਦੀ ਕਰਨ ਲਈ ਕਈ ਸੰਸਥਾਵਾਂ ਅਤੇ ਸਿਆਸੀ ਲੀਡਰਾਂ ਵੱਲੋਂ ਜਨਤਕ ਤੌਰ ਉੱਤੇ ਬਿਹਾਰ ਦੇ ਹਵਾਲੇ ਦੇ ਨਾਲ ਇਸ ਨੂੰ ਪੰਜਾਬ ਦੇ ਵਿੱਚ ਵੀ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਦੇ ਲਈ ਸ਼ਰਾਬ ਦਾ ਕਾਰੋਬਾਰ ਮਾਲੀਆ ਇਕੱਠਾ ਕਰਨ ਦਾ ਸਾਧਨ ਬਣਿਆ ਹੋਇਆ, ਇਸ ਲਈ ਸਰਕਾਰ ਇਸ ਨੂੰ ਬੰਦ ਨਹੀਂ ਕਰਨਾ ਚਾਹੁੰਦੀ। ਪਰ ਹੁਣ ਇਸ ਮਾਮਲੇ ਦੇ ਵਿੱਚ ਪਹਿਲਕਦਮੀ ਕੀਤੀ ਹੈ ਇੰਟਰਨੈਸ਼ਨਲ ਪੰਥਕ ਦਲ ਨੇ। ਦਲ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜੇ ਸਰਕਾਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਪੈਂਦੇ 450 ਕਿਲੋਮੀਟਰ ਦੇ ਰਸਤੇ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਨਾ ਕਰਵਾਏ ਤਾਂ ਦਲ ਦੇ ਵੱਲੋਂ ਜ਼ਬਰਦਸਤੀ ਇਹਨਾਂ ਠੇਕਿਆਂ ਨੂੰ ਬੰਦ ਕਰਵਾਇਆ ਜਾਵੇਗਾ। ਦਲ ਦੇ ਵੱਲੋਂ ਛੇਤੀ ਹੀ ਜੇਲ੍ਹਾਂ ਦੇ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਗੱਲ ਵੀ ਆਖੀ ਗਈ ਹੈ। ਪਿਛਲੇ ਦਿਨੀ ਇੰਟਰਨੈਸ਼ਨਲ ਪੰਥਕ ਦਲ ਦੇ ਇੱਕ ਡੈਪੂਟੇਸ਼ਨ ਨੇ ਪੰਜਾਬ ਸਰਕਾਰ ਦੇ ਨਾਲ ਰਾਬਤਾ ਕਾਇਮ ਕੀਤਾ ਅਤੇ ਉਹਦੇ ਵਿੱਚੋਂ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੈੜਾ, ਇਹਨਾਂ ਨੂੰ ਪਰੋਲ ਮਿਲ ਸਕੀ ਹੈ। ਹਾਲਾਂਕਿ ਹੋਰ ਵੀ ਜਥੇਬੰਦੀਆਂ ਨੇ ਇਹ 'ਤੇ ਬਹੁਤ ਸੰਘਰਸ਼ ਕੀਤਾ, ਪਰ ਜਿੱਥੇ ਥੋੜ੍ਹੀਆਂ ਬਹੁਤੀਆਂ ਕਾਨੂੰਨੀ ਅੜਚਨਾ ਸੀ ਅਸੀਂ ਬੈਠ ਕੇ ਉਹਨਾਂ ਨਾਲ ਦੂਰ ਕੀਤੀਆਂ। ਪਰ ਇਹ ਇੱਕ ਬਹੁਤ ਛੋਟੀ ਰਾਹਤ ਹੈ ਦਵਿੰਦਰਪਾਲ ਸਿੰਘ ਲਈ ਵੀ ਅਤੇ ਗੁਰਦੀਪ ਸਿੰਘ ਲਈ ਵੀ, ਕਿਉਂਕਿ 21-22 ਦਿਨ ਦੀ ਕੋਈ ਬਹੁਤ ਵੱਡੀ ਉਹਨਾਂ ਨੂੰ ਰਾਹਤ ਨਹੀਂ। ਇਹ ਤਾਂ ਇੱਕ ਲਟਕਦੀ ਤਲਵਾਰ ਹੈ, ਇੱਕ ਦਿਨ ਬੀਤ ਗਿਆ ਫਿਰ ਉਹਨੂੰ ਲੱਗਦਾ ਕਿ ਉਸੇ ਕਾਲ ਕੋਠੜੀ 'ਚ ਫਿਰ ਜਾਣਾ ਪੈਣਾ। ਸਾਡਾ ਯਤਨ ਹੈ ਕਿ ਇਹਨਾਂ ਨੂੰ ਇਹਨਾਂ ਦੀ ਪੱਕੀ ਰਿਹਾਈ ਲਈ ਯਤਨ ਕੀਤੇ ਜਾਣ। ਜੋ ਗੁਰੂ ਗੋਬਿੰਦ ਸਿੰਘ ਮਾਰਗ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ 450 ਕਿਲੋਮੀਟਰ ਦਾ ਲੰਮਾ, ਜਿੱਥੋਂ ਦੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਇਸ ਮਾਰਗ ਦੇ ਉੱਪਰ ਸਫ਼ਰ ਕੀਤਾ ਹੈ, ਉਹਦੇ ਉੱਪਰ ਬਹੁਤ ਸਾਰੇ ਥਾਵਾਂ 'ਤੇ ਲਗਭਗ 74-75 ਸ਼ਰਾਬ ਦੇ ਠੇਕੇ ਆ। ਪਹਿਲਾਂ ਵੀ ਅਸੀਂ ਮੰਗ ਠਾ ਚੁੱਕੇ ਹਾਂ, ਕਈ ਥਾਵਾਂ ਤੋਂ ਠੇਕੇ ਚੁੱਕੇ ਵੀ ਗਏ ਆ, ਪਰ ਬਹੁਤ ਸਾਰੇ ਥਾਵਾਂ 'ਤੇ ਹਲੇ ਜਿਉਂ ਦੇ ਤਿਉਂ ਸ਼ਰਾਬ ਦੇ ਠੇਕੇ ਆ। ਇਹ ਇੱਕ ਪਵਿੱਤਰ ਮਾਰਗ ਹੈ, ਅਸੀਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਸਮਾਂ ਰਹਿੰਦਿਆਂ ਇਹ ਠੇਕੇ ਚੱਕ ਲੈ ਜਾਣ, ਨਹੀਂ ਤਾਂ ਇੰਟਰਨੈਸ਼ਨਲ ਪੰਥਕ ਦਲ ਸੰਗਤਾਂ ਦੇ ਸਹਿਯੋਗ ਨਾਲ ਬਲਪੂਰਵਕ ਇਹਨਾਂ ਠੇਕਿਆਂ ਨੂੰ ਇੱਥੋਂ ਹਟਾਏਗਾ। ਉਹਦੇ ਲਈ ਜੋ ਵੀ ਨੁਕਸਾਨ ਹੋਏਗਾ ਉਹਦੇ ਲਈ ਜ਼ਿੰਮੇਵਾਰ ਸਰਕਾਰ ਹੋਏਗੀ ਜਾਂ ਠੇਕੇਦਾਰ ਮਾਲਕ ਆਪ ਠੇਕੇਦਾਰ ਇਹਦੇ ਜ਼ਿੰਮੇਵਾਰ ਹੋਣਗੇ।